ਕਹਿੰਦੇ ਨੇ ਕੋਈ ਬਾਦਸ਼ਾਹ ਸੀਗਾ ਬਾਦਸ਼ਾਹ ਸਲਾਮਤ ਝੂਠ ਦੀ ਉਹ ਆਦਤ ਪੈ ਗਈ ਜਮਾਂਦਰੂ ਹੀ ਹੋਣੀ ਹੈ ਕਈਆਂ ਨੂੰ ਜਮਾਂਦਰੂ ਹੀ ਹੁੰਦੀ ਆ ਗੱਲ ਗਲਤ ਉਹਨੇ ਗੱਪ ਰੇੜ ਦੇਨੇ ਲੋਕ ਬੜੇ ਦੁਖੀ ਸਨ ਇਹ ਆਇਆ ਜਦੋਂ ਟਰਪਾਲੀ ਰੋੜੂ ਕੋਈ ਨਾ ਉਹਨੂੰ ਪਤਾ ਲੱਗ ਗਿਆ ਕਿ ਲੋਕ ਯਾਰ ਮੇਰੇ ਮਤਲਬ ਕਿ ਗੱਪ ਖਾਣੇ ਤੋਂ ਨਾ ਕਿਤੇ ਨਾ ਕਿਤੇ ਦੁਖੀ ਬੜੇ ਨੇ ਉਹਨੇ ਕਿਹਾ ਵੀ ਐ ਕਰਦੇ ਕੋਈ ਬੰਦਾ ਲੱਭੀ ਐਸਾ ਜਿਹੜਾ ਮੋਹਰ ਲਾ ਦਿਆ ਕਰੇ ਕਿਸੇ ਨਾ ਕਿਸੇ ਤਰੀਕੇ ਨਾਲ ਅੱਛਾ ਉਹ ਕਹਿੰਨੇ ਦੱਸ ਪਾਈ ਕਿ ਫਲਾਣੇ ਦੇਸ਼ ਦੇ ਵਿੱਚ ਨਾ ਇਦਾਂ ਮਤਲਬ ਕਿ ਕੋਈ ਬੰਦਾ ਰਹਿੰਦਾ ਉਹ ਕਹਿੰਦਾ ਛੱਡੋ ਆਪਾਂ ਨੂੰ ਤਾਂ ਕੰਮ ਜਿਹੜਾ ਨਾ ਉਹ ਰਫੂਗਾਰ ਹੀ ਕੋਈ ਦੇ ਦੇਊਗਾ ਬਸ ਚੰਗੇ ਰਫੂ ਕਰਨ ਜਾਣਦਾ ਹੋਵੇ ਹੁਣ ਰਾਜਾ ਸਿੱਧਾ ਤੇ ਨਹੀਂ ਸੀ ਕਹਿ ਸਕਦਾ ਕਿ ਕੋਈ ਗਾਪਾਂ ਦਾ ਮਾਹਰ ਲੱਭਣਾ ਹੈ ਨੀ ਉਹ ਨਿਯੁਕਤ ਕਰਨਾ ਦਰਬਾਰ ਚ ਉਹਨੇ ਅਗੇ ਕੋਈ ਰਫੂਗਰ ਲੱਭਣਾ ਤੇ ਨਾਲ ਕੰਨ ਚ ਮਾਰ ਦਿੱਤੀ ਫੂਕ ਕਿ ਨਾ ਰਫੂਗਰ ਦਾ ਹੋਏਗਾ ਜਿਵੇਂ ਨਿਯੁਕਤੀਆਂ ਹੁੰਦੀਆਂ ਨੇ ਅੱਜ ਕੱਲ ਕੰਮ ਉਹਦੇ ਤੋਂ ਦੂਜਾ ਲੈਣਾ ਲਭ ਲਿਆ ਜੀ ਬੰਦਾ ਜਦੋਂ ਲਭ ਲਿਆਂਦਾ ਪਹਿਲਾ ਝੂਠ ਆਇਆ ਜੀ ਰਾਜੇ ਦਾ ਬਾਦਸ਼ਾਹ ਦਾ ਉਹਨੇ ਆ ਮੇਰਾ ਦਾਦਾ ਸ਼ਿਕਾਰ ਨੂੰ ਨਿਕਲਿਆ ਜੀ ਉਹਨੇ ਇਹ ਸਮਾਨ ਨੂੰ ਤੀਰ ਛੱਡਿਆ ਜੀ ਤੇ ਕਮਾਲ ਦੀ ਗੱਲ ਇਹ ਹੋਈ ਕਿ ਥੱਲੇ 9 ਲੱਖਾ ਹਾਰ ਆ ਗਿਆ ਜੀ ਡੋਕੇ ਕਹਿੰਦੇ ਰਾਜਾ ਸਲਾਮਤ ਬਾਦਸ਼ਾਹ ਸਲਾਮਤ ਜੈ ਜੈ ਚ ਲਾਓ ਉਹਨੇ ਆ ਵੀ ਤੂੰ ਦੱਸ ਰਫੂਗਰ ਬੋਲਿਆ ਨਖ ਕਿਡੀਆਂ ਗੱਲਾਂ ਕਰਦੇ ਜੀ ਤੁਸੀਂ ਤਾਨੂੰ ਬੇਵਕੂਫ ਹੋ ਇਹਨਾਂ ਨਹੀਂ ਪਤਾ ਕਿ ਉਹ ਜਿਹੜਾ ਤੀਰ ਮਾਰਿਆ ਸੀ ਉਹ ਗਾਂਵਜਾ ਇਲ ਦੇ ਤੇ ਇਹ ਲਹਾਰ ਲਈ ਜਾਂਦੀ ਸੀ ਹਰਥਲੇ ਡਿੱਗ ਪਿਆ ਮੂਰਖੋ ਬਾਦਸ਼ਾਹ ਵੀ ਝੂਠ ਬੋਲਦਾ ਉਹ ਆਂਦੇ ਵਾਹ ਬਈ ਵਾਹ ਬੜਾ ਨਿਸ਼ਾਨ ਚੀ ਸੀ ਤਾਂ ਦਿਮਾਗ ਤਾਂ ਇਹਦਾਗਾ ਬਹੁਤ ਹੀ ਮਤਲਬ ਕੀ ਤੇ ਤੇ ਕਮਾਲ ਦੀਆਂ ਗੱਲਾਂ ਨੇ ਅੱਛਾ ਫਿਰ ਕਹਿੰਦਾ ਵੀ ਮੇਰਾ ਪਿਓ ਜਾਂਦਾ ਪਿਆ ਸੀ ਜੰਗਲ 'ਚ ਸ਼ਿਕਾਰ ਖੇਡਣ ਜੀ ਹੇਰਨ ਤੇ ਉਹਨੇ ਤੀਰ ਮਾਰਿਆ ਤੀਰ ਉਹਦੇ ਖੁਰ ਨੂੰ ਵੱਜ ਕੇ ਤੇ ਉਹਦੇ ਸਿੰਘ ਦੇ ਵਿੱਚ ਦੀ ਲੰਘ ਗਿਆ ਉਹ ਕਹਿੰਦੇ ਵੀ ਇਹ ਕਿ ਚੱਕਰ ਹੈ ਖੁਰਦੇ ਵਿੱਚ ਤੇ ਉਤੋਂ ਦੀ ਸਿੰਘ ਮਾਂ ਹੀ ਨਹੀਂ ਮੰਨਦੇ ਉਹਨੇ ਹਾਂ ਦੱਸ ਉਹ ਕਹਿੰਦਾ ਮਹਾਰਾਜ ਕਰੀਏ ਕੀ ਹੁਣ ਇਹਨਾਂ ਨੂੰ ਕਿਵੇਂ ਸਮਝਾਈਏ ਤੇ ਮੂਰਖਾਂ ਦਾ ਟੋਲਾ ਤੁਹਾਡੀ ਪਰਜਾ ਵੀ ਉਹ ਖੁਰਕਦਾ ਪਿਆ ਸੀਗਾ ਆਪ ਦਾ ਸਿੰਘ ਨਾਲ ਖੁਰਕਦਾ ਪਿਆ ਸੀ ਖੁਰ ਨੂੰ ਤੇ ਉਧਰੋਂ ਤੀਰ ਮਾਰਿਆ ਬਾਦਸ਼ਾਹ ਸਲਾਮਤ ਦੇ ਫਾਦਰ ਸਾਹਿਬ ਨੇ ਤੇ ਉਹ ਲੰਘ ਗਿਆ ਵਿੱਚ ਦੀ ਇਹ ਕਿਹੜੀ ਗੱਲ ਹੈ ਕੋਹਾ ਬੰਦੇ ਘੈਂਟ ਲੱਭੀ ਫਿਰਦਾ ਬਾਦਸ਼ਾ ਫਿਰ ਬਾਦਸ਼ਾ ਨੇ ਇੱਕ ਦਿਨ ਮੂਡ ਬਣਿਆ ਸੀ ਉਹਦਾ ਆਂਦਾ ਵੀ ਇੱਕ ਵਾਰੀ ਮੈਂ ਸ਼ਿਕਾਰ ਖੇਡਣ ਗਿਆ ਅੱਛਾ ਬੱਲੇ ਕੋਈ ਮੀਂ ਲੱਥਾ ਕੋਈ ਮੀਂ ਲੱਥਾ ਬੱਕਰ ਮਾਰ ਮੀ ਜੀ ਹਟੇ ਨਾ ਹਟੇ ਨਾ ਤੇ ਕਹਿੰਦਾ ਪਹਾੜ ਡੁੱਬ ਗਏ ਜੀ ਅੱਛਾ ਉਹ ਕਹਿੰਦੇ ਤੇਰਾ ਭਲਾ ਹੋ ਜੇ ਬਾਦਸ਼ਾ ਪਹਾੜ ਟੁੱਪ ਗਏ ਤੇ ਤੂੰ ਕਿਵੇਂ ਬਚ ਗਿਆ ਉਹ ਕਹਿੰਦਾ ਹਾਂ ਦੱਸੇ ਉਹ ਕਹਿੰਦਾ ਬਾਦਸ਼ਾ ਸਲਾਮਤ ਹੈ ਪਾਟੇ ਤੇ ਰਫੂ ਕਰ ਸਕਨਾ ਆ ਜਿਹੜੇ ਪਰਿਆੜ ਪਏ ਆ ਨਾ ਇਹ ਨਹੀਂ ਸੀ ਉਹਨੇ ਸੋ ਗੱਲ ਲਿਆ ਹੋਰ ਰੱਬੂ ਗਾ ਵੀ ਭੱਜ ਗਿਆ ਇਹ ਰਫੂਗਰੀ ਚੱਲਦੀ ਆ ਇਹ ਰਫੂਗਰੀ ਬਹੁਤੀ ਦੇਰ ਨਹੀਂ ਚੱਲਣੀ ਇਹ ਮਤਲਬ ਕਿ ਇੱਕ ਯੂ ਟਰਨ ਉਹਨੂੰ ਜਸਟੀਫਿਕੇਸ਼ਨ ਇਧਰੋਂ ਜੀ ਫੇਰ ਸਮਰਥਕ ਹੁਣ ਤੇ ਸਮਰਥਕ ਵੀ ਹਥਿਆਰ ਸੁੱਟਦੇ ਪਏ ਆ ਉਹਨਾਂ ਦੇ ਕਟੜ ਜਿਹੜੇ ਸਮਰਥਕ ਸੀ ਜਿਨ੍ਹਾਂ ਨੇ ਦੁਸ਼ਮਣੀਆਂ ਪੁਆਈਆਂ ਉਹ ਕਹਿੰਦੇ ਕਿ ਹੁਣ ਅਸੀਂ ਤਪੇ ਪਏ ਆ